22 ਜਨਵਰੀ ਨੂੰ ਅਯੋਧਿਆ 'ਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਦੇਸ਼ ਭਰ ਦੇ ਲੋਕਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਪਰ ਰਾਮ ਮੰਦਿਰ ਦੇ ਇਸ ਲੰਬੇ ਸੰਘਰਸ਼ ਦੇ ਵਿੱਚ ਕਈ ਨੌਜਵਾਨ ਅਜਿਹੇ ਵੀ ਨੇ ਜਿਨ੍ਹਾਂ ਇਸ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ ਹਨ, ਪਰ ਅੱਜ ਉਹ ਇਤਿਹਾਸ ਦੇ ਪੰਨਿਆਂ ਦੇ ਵਿੱਚ ਲੁਪਤ ਹੋਏ ਦਿਸ ਰਹੇ ਨੇ। ਇਹਨਾਂ ਵਿੱਚੋਂ ਹੀ ਇੱਕ ਸੀ ਪਠਾਨਕੋਟ ਦਾ ਰਹਿਣ ਵਾਲਾ ਅਜੇ ਮਹਾਜਨ, ਜੋ ਕਿ 1990 'ਚ ਅਯੋਧਿਆ ਰਾਮ ਮੰਦਿਰ ਦੀ ਸਥਾਪਨਾ ਦੇ ਲਈ ਪਠਾਨਕੋਟ ਤੋਂ ਮਾਸਟਰ ਮੋਹਨ ਲਾਲ ਦੀ ਅਗਵਾਈ ਵਾਲੇ ਜੱਥੇ ਦੇ ਨਾਲ ਸੰਘਰਸ਼ ਦੇ ਲਈ ਗਿਆ ਸੀ, ਪਰ ਉੱਥੇ ਹਿੰਸਕ ਝੜਪ ਵਿੱਚ ਉਸ ਨੂੰ ਪੁਲਿਸ ਵੱਲੋਂ ਕੀਤੀ ਕਾਰਵਾਈ 'ਚ ਪੁਲਿਸ ਦੀ ਗੋਲੀ ਲੱਗ ਗਈ। ਪਰ ਅੱਜ ਜਿੱਥੇ 22 ਜਨਵਰੀ ਨੂੰ ਅਯੋਧਿਆ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਕਰਵਾਈ ਜਾ ਰਹੀ ਹੈ, ਪਰੰਤੂ ਇਹਨਾਂ ਵਿਛੜੀਆਂ ਰੂਹਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ। ਜਿਸ ਨੂੰ ਬਿਆਨ ਕਰਦੀਆਂ ਨੇ ਇਹ ਤਸਵੀਰਾਂ ਕਿ ਕਿਵੇਂ ਇਸ ਮ੍ਰਿਤਕ ਸ਼ਖਸ ਦੀ ਯਾਦ ਵਿੱਚ ਲਾਇਬ੍ਰੇਰੀ ਅਤੇ ਡਿਸਪੈਂਸਰੀ ਬਦਹਾਲੀ ਦੇ ਹੰਝੂ ਰੋ ਰਹੀ ਹੈ। ਇਸ ਲਾਇਬ੍ਰੇਰੀ ਅਤੇ ਡਿਸਪੈਂਸਰੀ ਨੂੰ ਬੰਦ ਹੋਏ 3 ਸਾਲ ਦਾ ਸਮਾਂ ਵੀ ਹੋ ਚੁੱਕਿਆ ਹੈ। ਅਜੇ ਮਹਾਜਨ, ਜਿਸ ਨੂੰ ਅੱਜ ਪਠਾਨਕੋਟ ਦਾ ਹਰ ਬਸ਼ਰ ਯਾਦ ਕਰ ਰਿਹਾ, ਉਹ ਆਦਮੀ ਸਰਯੂ ਨਦੀ ਦੇ ਪੁਲ ਵੱਲੋਂ ਦੂਸਰੇ ਪਾਸੇ ਗੋਰਖਪੁਰ ਵੱਲ ਜਾ ਰਹੇ ਸੀਗੇ ਕਿ ਅੱਗੋਂ ਗੋਰਖਪੁਰ ਦੀ ਪੁਲਿਸ ਨੇ ਗੋਲੀਆਂ ਚਲਾ ਦਿੱਤੀਆਂ। ਉਹਦੇ ਗੋਲੀ ਲੱਗੀ ਤੇ ਉਹਨੇ ਬਚਣ ਵਾਸਤੇ ਬੜੇ ਪ੍ਰਯਤਨ ਕੀਤੇ, ਸਰਯੂ 'ਚ ਛਾਲ ਮਾਰਤੀ, ਪਰ ਉਹ ਮੁੰਡਾ ਬਚ ਨਹੀਂ ਸਕਿਆ। ਅਜੇ ਮਹਾਜਨ, ਮੈਨੂੰ ਉਸਦੀ ਬਹੁਤ ਯਾਦ ਆਉਂਦੀ ਹੈ। ਉਹਦੇ ਪਿਤਾ ਜੀ ਬੜੇ ਬਹਾਦੁਰ ਸੀਗੇ, ਉਹਦੀ ਫੈਮਿਲੀ ਸਾਰੀ ਬਹਾਦੁਰ ਸੀ। ਪਠਾਨਕੋਟ ਰਾਸ਼ਟਰੀ ਸਵੰਮ ਸੇਵਕ ਸੰਘ ਨੇ ਅਜੇ ਮਹਾਜਨ ਦੀ ਯਾਦਗਾਰੀ 'ਚ ਇੱਕ ਟਰੱਸਟ ਵੀ ਬਣਾਇਆ ਸੀਗਾ, ਇੱਕ ਦਫ਼ਤਰ ਵੀ ਸੀਗਾ। ਔਰ ਇਸ ਤਰੀਕੇ ਦੇ ਨਾਲ ਪਠਾਨਕੋਟ ਦੇ ਲੋਕਾਂ ਨੇ ਅਜੇ ਮਹਾਜਨ ਨੂੰ ਸ਼ਹਾਦਤ ਦੇ ਫੁੱਲ ਅਰਪਿਤ ਕੀਤੇ। ਪਰ ਰਾਜ ਮਾਸਟਰ ਜੀ, ਜਿਹੜਾ ਉਹ ਦਫ਼ਤਰ ਤੁਸੀਂ ਕਹਿ ਰਹੇ ਹੋ, ਲਾਇਬ੍ਰੇਰੀ ਬਣਾਈ ਗਈ ਸੀਗੀ, ਡਿਸਪੈਂਸਰੀ ਬਣਾਈ ਗਈ ਸੀਗੀ, ਅੱਜ ਉਹ ਬੰਦ ਪਈ ਆ, ਸਟੋਰ ਰੂਮ ਦਾ ਜਿਹੜਾ ਉਹਨੇ ਕੰਮ ਲਿਆ ਜਾ ਰਿਹਾ। ਐਸਾ ਹੈ ਕਿ ਸੰਘ ਕਾਰਿਆਲਾ ਹੀ ਅਸੀਂ ਨਵਾਂ ਬਣਾ ਰਹੇ ਹਾਂ, ਇਸ ਕਰਕੇ ਸਾਰੀਆਂ ਚੀਜ਼ਾਂ ਅਸਤ ਵਿਅਸਤ ਨੇ। ਇਸ ਵੇਲੇ ਮੌਜੂਦਾ ਤੌਰ 'ਤੇ ਸੰਘ ਕਾਰਿਆਲਾ ਕਿਸੇ ਘਰ 'ਤੇ ਚੱਲ ਰਿਹਾ, ਜਿਸ ਲਈ ਉਹ ਭਵੇ ਸੰਘ ਕਾਰਿਆਲਾ ਬਣ ਜਾਏਗਾ ਫਿਰ ਸਾਰੀਆਂ ਚੀਜ਼ਾਂ ਇੱਕਦਮ ਸੈਟਲ ਕਰਤੀ ਜਾਣਗੀਆਂ। ਅਜੇ ਮਹਾਜਨ ਦੀ ਯਾਦ ਦਾ ਟਰੱਸਟ ਵੀ ਫਿਰ ਦੁਬਾਰਾ ਉਹਨੂੰ ਠੀਕ ਤਰੀਕੇ ਨਾਲ ਰੱਖਿਆ ਜਾਏਗਾ। ਬਲਕਿ ਉਹਨਾਂ ਨੂੰ ਸ਼ਹੀਦੀ ਦਾ ਜ਼ਰੂਰ ਇਹਦੇ ਵਿੱਚ ਪ੍ਰਾਪਤ ਹੋਈ ਸੀ, ਲੇਕਿਨ 2-2.5 ਸਾਲ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਨੂੰ ਵੀ ਅਸੀਂ ਕਹਿ ਸਕਦੇ ਹਾਂ ਕਿ ਧੂਲ ਜਿਹੜੀ ਚੜ੍ਹਦੀ ਪਈ ਹੈਗੀ ਹੈ, ਦਫ਼ਤਰ ਦੇ ਵਿੱਚ ਬਿਲਕੁਲ ਵੀ ਉਹਦਾ ਨਾਮ ਵਗੈਰਾ ਨਹੀਂ ਹੈਗਾ। ਕਈ ਵਾਰੀ ਐਸੇ ਸ਼ਹੀਦਾਂ ਨਾਲ ਬਹੁਤ ਕੁਛ ਹੁੰਦਾ, ਵਿਚਾਰੇ ਸ਼ਹੀਦਾਂ ਨੂੰ ਭੁੱਲ ਭੱਲ ਜਾਂਦੇ ਲੋਕੀ, 4 ਦਿਨ ਅਫਸੋਸ ਕਰ ਲੈਂਦੇ ਨੇ, ਉਹਦੇ ਬਾਅਦ ਕੌਣ ਸ਼ਹੀਦਾਂ ਨੂੰ ਯਾਦ ਕਰਦਾ ਕਿ ਨਹੀਂ, ਹਜ਼ਾਰਾਂ ਸਾਡੀ ਸੈਨਾ ਦੇ ਜਿਹੜੇ ਆਰਮੀ ਦੇ ਨੌਜਵਾਨ ਸੀ ਮਰ ਗਏ, 2-1 ਦਿਨ ਅਸੀਂ ਸ਼ੋਕ ਕਰ ਲੈਂਦੇ, ਉਹਦੇ ਬਾਅਦ ਉਹਨਾਂ ਨੂੰ ਕੌਣ ਪੁੱਛਦਾ, ਉਹਦੇ ਬਾਅਦ ਉਹਨਾਂ ਦਾ ਪਰਿਵਾਰ ਹੀ ਵਿਚਾਰਾ ਯਤੀਮ ਹੋ ਜਾਂਦਾ। ਸੋ ਇਹ ਹਾਲਾਤ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਜੇ ਮਹਾਜਨ ਟਰੱਸਟ ਨੇ ਜੋ ਯਾਦਗਾਰ ਬਣਾਉਣੀ ਚਾਹੀਦੀ ਸੀ ਉਹ ਨਹੀਂ ਬਣੀ, ਪਰ ਇਹਦੇ ਲਈ ਹੁਣ ਅਸੀਂ ਪ੍ਰਯਤਨ ਕਰਾਂਗੇ ਕਿ ਉਹਦੀ ਬਣਾਵੇ। ਅਯੋਧਿਆ 'ਚ ਭਵਿਆ ਮੰਦਿਰ ਬਣ ਰਿਹਾ, ਇਸ ਦੀ ਮੈਂ ਸਾਰੇ ਪਠਾਨਕੋਟ ਸ਼ਹਿਰ ਦੇ ਨਿਵਾਸੀਆਂ ਨੂੰ ਮੁਬਾਰਕਬਾਦ ਦੇ ਰਹੀ ਹਾਂ। ਰਾਮ ਸ਼ੌਰੀਏ, ਸ਼ੀਲਤਾ, ਸੌਂਦਰੀਏ, ਵੀਰਤਾ, ਤਿਆਗ ਇਸ ਦੇਸ਼ ਦੀ ਏਕਤਾ ਔਰ ਅਖੰਡਤਾ ਦੇ ਪ੍ਰਤੀਕ ਨੂੰ ਅਸੀਂ ਸ਼ਰਧਾ ਸੁਮਨ ਅਰਪਿਤ ਕਰਨੇ ਹਾਂ। ਬਹੁਤ ਉਤਸ਼ਾਹ ਸੀ ਉਸ ਵੇਲੇ 90 ਦੇ ਜੱਥੇ ਦੇ ਅੰਦਰ ਜਦੋਂ ਅਸੀਂ ਗਏ ਹਾਂ, ਪਹਿਲੇ ਘਰ ਘਰ ਜੋਤ ਪਹੁੰਚਾਈ ਹੈ, ਫਿਰ ਉਹਦੇ ਬਾਅਦ ਜੱਥੇ ਰਵਾਨਾ ਹੋਏ ਨੇ।
ਜਿਹੜਾ ਜੱਥਾ 90 'ਚ ਗਿਆ ਸੀ, ਬੜਾ ਜੋਸ਼ ਸੀ ਉਸ ਅੰਦਰ। ਸਹਾਰਨਪੁਰ ਜਿਹੜੀਆਂ ਲਾਠੀਆਂ ਖਾਧੀਆਂ, ਕੁਛ ਨੂੰ ਫੜ ਕੇ ਜੇਲ੍ਹ 'ਚ ਸੁੱਟਿਆ, ਕੁਛ ਨੂੰ ਕਿਸੇ ਸਕੂਲਾਂ ਦੇ ਅੰਦਰ ਗੰਨਾ ਪਾ ਦਿੱਤਾ, ਉੱਥੋਂ ਭੇਸ ਬਣਾ ਕਰਕੇ ਫਿਰ ਸਾਨੂੰ ਅੱਗੇ ਜਾਣਾ ਪਿਆ ਇਹ ਅਯੋਧਿਆ ਤੱਕ। ਐਸਾ ਹੈ ਜੀ ਕਿ ਇਹ ਡਿਸਪੈਂਸਰੀ 2003 ਦੇ ਵਿੱਚ ਸ਼ੁਰੂ ਕੀਤੀ ਗਈ ਔਰ ਕਾਫੀ ਸਾਲ ਇੱਥੋਂ ਦੀ ਸੇਵਾ ਹੋਈ। ਡਿਸਪੈਂਸਰੀ ਔਰ ਪੁਸਤਕਾਲੇ ਦੋਨੋਂ ਸ਼ੁਰੂ ਹੋਏ ਸੀਗੇ 19 ਦੇ ਵਿੱਚ, ਜਦੋਂ ਕੋਵਿਡ ਦਾ ਦੌਰ ਆਇਆ ਹੈ ਅਤੇ ਸਰਕਾਰ ਦੀ ਜਿੱਦਾਂ ਗਾਈਡਲਾਈਨਸ ਆਈਆਂ ਸੀਗੀਆਂ ਕਿ ਕਿਸੇ ਵੀ ਜਗ੍ਹਾ 'ਤੇ ਭੀੜ ਨਹੀਂ ਇਕੱਠੀ ਹੋਣੀ, ਉਸ ਸਮੇਂ ਸਰਕਾਰ ਦੀ ਗਾਈਡਲਾਈਨ ਦੇ ਅਨੁਸਾਰ ਡਿਸਪੈਂਸਰੀ ਅਸੀਂ ਉਦੋਂ ਇਹਨੂੰ ਬੰਦ ਕੀਤਾ ਗਿਆ ਸੀਗਾ। ਅਤੇ ਉਸ ਤੋਂ ਬਾਅਦ ਫਸਟ ਵੇਵ 'ਚ ਤਾਂ ਟੋਟਲ ਬੰਦ ਰਿਹਾ ਸਾਰਾ ਸਿਸਟਮ। ਸੈਕਿੰਡ ਵੇਵ ਜਦੋਂ ਆਈ ਫਿਰ ਡਿਸਪੈਂਸਰੀ ਦਾ ਕੰਮ ਤਾਂ ਉੱਦਾਂ ਨਹੀਂ, ਅਸੀਂ ਦੂਸਰੇ ਰੂਪ ਨਾਲ ਕੀਤਾ ਸੀਗਾ। ਉਹਦੇ ਵਿੱਚ ਜਿੰਨਾ ਕੰਮ ਅਸੀਂ ਦੇ ਸਕਦੇ ਸੀ, ਸੇਵਾ ਦੇ ਸਕਦੇ ਸੀ, ਆਕਸੀਜਨ ਕੰਸਨਟ੍ਰੇਟਰ ਅਸੀਂ ਪਰਚੇਜ਼ ਕੀਤੇ ਹੋਏ ਸੀਗੇ ਅਤੇ ਇਸੇ ਟਰੱਸਟ ਦੇ ਥਰੂ ਜਿਹਨੂੰ ਜਿਹਨੂੰ ਜ਼ਰੂਰਤ ਪੈਂਦੀ ਸੀ ਅਸੀਂ ਆਕਸੀਜਨ ਕੰਸਨਟ੍ਰੇਟਰ ਦਿੰਦੇ ਸੀਗੇ, ਫ੍ਰੀ ਆਫ ਕੋਸਟ ਦਿੰਦੇ ਸੀਗੇ, 8-10 ਦਿਨ ਵਾਸਤੇ ਵਾਪਸ ਕਰ ਜਾਂਦਾ ਸੀਗਾ, ਫਿਰ ਦੂਸਰੇ ਨੂੰ ਦਿੱਤਾ ਜਾਂਦਾ ਸੀਗਾ। ਆਕਸੀਪਲਸ ਮੀਟਰ ਦੀ ਜਿੱਦਾਂ ਜ਼ਰੂਰਤ ਪੈਂਦੀ ਸੀ ਉਹ ਵੀ ਅਸੀਂ ਰੱਖੇ ਹੋਏ ਸੀਗੇ, ਉਹ ਵੀ ਅਸੀਂ ਦੇ ਦਿੰਦੇ ਸੀਗੇ ਜਦੋਂ ਵਾਪਸ ਕਰ ਜਾਂਦਾ ਸੀਗਾ। ਉਸ ਤਰ੍ਹਾਂ ਦੇ ਸੇਵਾ ਕਰ ਰਹੇ ਇਸ ਡਿਸਪੈਂਸਰੀ 'ਚ ਫਿਰ ਚੱਲਦੇ ਰਹੇ ਨੇ। ਇਹ ਹੈ ਕਿ ਹੁਣ ਉਸ ਤੋਂ ਬਾਅਦ ਸਾਡੇ ਇੱਥੇ ਕੰਸਟਰਕਸ਼ਨ ਚੱਲ ਰਹੀ ਹੈ, ਸਾਡਾ ਮੇਨ ਜਿਹੜਾ ਸੰਸਕ੍ਰਿਤੀ ਮੰਦਿਰ ਹੈ ਉਹਦੀ ਅਤੇ ਇਹਦੀ ਦੋਨਾਂ ਦੀ ਰੈਨੋਵੇਸ਼ਨ ਹੋਣੀ ਸੀ ਅਤੇ ਉਹਦੀ ਰੈਨੋਵੇਸ਼ਨ ਲਗਭਗ ਕੰਪਲੀਟ ਹੋਣ ਵਾਲੀ ਹੈ। ਉਹ ਕੰਪਲੀਟ ਜਦੋਂ ਹੁੰਦੀ ਹੈ ਉਸ ਤੋਂ ਬਾਅਦ ਫਿਰ ਅਸੀਂ ਇਹਦੀ ਰੈਨੋਵੇਸ਼ਨ ਕਰਨ ਵਾਲੇ ਹਾਂ ਔਰ ਦੁਬਾਰਾ ਤੈਨੂੰ ਅੱਛੇ ਤਰੀਕੇ ਨਾਲ ਅਸੀਂ ਡਿਸਪੈਂਸਰੀ ਨੂੰ ਸ਼ੁਰੂ ਕਰਨ ਵਾਲੇ ਹਾਂ ਦੁਬਾਰਾ ਤੋਂ। 22 ਜਨਵਰੀ 2024 ਬੜਾ ਹੀ ਇਤਿਹਾਸਿਕ ਦਿਨ ਬਣ ਜਾਣ ਵਾਲਾ ਹੈ ਕਿਉਂਕਿ ਅਯੋਧਿਆ ਨੂੰ ਲੈ ਕੇ, ਅਯੋਧਿਆ ਦੇ ਵਿੱਚ ਰਾਮ ਮੰਦਿਰ ਨੂੰ ਲੈ ਕੇ RSS ਵੱਲੋਂ ਜਾਂ BJP ਵੱਲੋਂ ਜਿਹੜਾ ਸੰਘਰਸ਼ ਕੀਤਾ ਗਿਆ ਸੀਗਾ ਉਹ ਕਿਤੇ ਨਾ ਕਿਤੇ ਹੁਣ ਸਿਰੇ ਚੜ੍ਹਦਾ ਹੋਇਆ ਨਜ਼ਰ ਆ ਰਿਹਾ। ਪਰ ਇਸ ਵਿਚਾਲੇ ਕਈ ਸਾਰੀਆਂ ਇਹੋ ਜਿਹੀਆਂ ਵਿਛੜੀਆਂ ਰੂਹਾਂ ਨੇ ਜਿਹੜੀਆਂ ਅੱਜ ਇਤਿਹਾਸ ਦਾ ਪੰਨਾ ਬਣ ਕੇ ਰਹਿ ਗਈਆਂ ਨੇ, ਉਹਨਾਂ ਵੱਲ ਕੋਈ ਝਾਤ ਨਹੀਂ ਮਾਰਿਆ। ਪਰ ਪਠਾਨਕੋਟ ਦੇ ਵਿੱਚ ਅਜੇ ਮਹਾਜਨ ਦੇ ਨਾਮ ਦੇ ਸ਼ਖਸ ਦੀ ਨੇ ਜਿਹੜੀ ਹੈ ਸ਼ਹਾਦਤ ਦਿੱਤੀ ਸੀਗੀ 1990 ਦੇ ਵਿੱਚ, ਜਦੋਂ ਇਹ ਸੰਘਰਸ਼ ਅਯੋਧਿਆ ਵੱਲ ਨੂੰ ਚੱਲਾ ਸੀਗਾ। ਉੱਥੇ ਸਰਜੂ ਨਦੀ ਦੇ ਉੱਤੇ ਜਿਹੜਾ ਪੁਲਿਸ ਵੱਲੋਂ ਫਾਇਰਿੰਗ ਕੀਤੀ ਗਈ ਸੀਗੀ ਔਰ ਉਸ ਸ਼ਖਸ ਦੀ ਇਸ ਦੇ ਵਿੱਚ ਜਿਹੜੀ ਉਹ ਜਾਨ ਚਲੀ ਗਈ ਸੀਗੀ। ਸੋ ਲਿਹਾਜ਼ਾ ਉਸਦੀ ਯਾਦ ਦੇ ਵਿੱਚ ਪਠਾਨਕੋਟ ਵਿੱਚ ਇੱਕ ਟਰੱਸਟ ਬਣਾਇਆ ਗਿਆ। ਤਸਵੀਰਾਂ ਰਾਹੀਂ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਉਸ ਸ਼ਖਸ ਦਾ ਇੱਥੇ ਬੁੱਤ ਬਣਾ ਕੇ ਜਿਹੜਾ RSS ਵੱਲੋਂ ਰੱਖਿਆ ਗਿਆ ਔਰ ਸੰਸਥਾ ਨੂੰ ਜਿਹੜਾ ਬੜਾ ਵਧੀਆ ਤਰੀਕੇ ਨਾਲ ਚਲਾਇਆ ਜਾ ਰਿਹਾ। ਇਸ ਸੰਸਥਾ ਵੱਲੋਂ ਉਪਰਾਲਾ ਕਰਕੇ ਇੱਥੇ ਡਿਸਪੈਂਸਰੀ ਲਾਇਬ੍ਰੇਰੀ ਖੋਲ੍ਹੀ ਗਈ ਸੀਗੀ ਜੋ ਕਿ ਕੋਵਿਡ ਦੇ ਦੌਰਾਨ ਇਹਨਾਂ ਨੂੰ ਬੰਦ ਕਰਨੀ ਪਈ, ਪਰ ਫਿਰ ਵੀ ਲੋਕਾਂ ਨੂੰ ਇਹ ਸੇਵਾਵਾਂ ਜਿਹੜੀਆਂ ਮੈਡੀਕਲ ਸਹੂਲਤ ਜਿਹੜੀ ਉਹ ਦਿੰਦੇ ਰਹੇ ਆ। ਸੋ ਲਿਹਾਜ਼ਾ ਇਸ ਵੇਲੇ ਜੇਕਰ ਗੱਲ ਕਰੀਏ ਤਾਂ ਇਸ ਵੇਲੇ ਜਿਹੜਾ ਸਟੋਰ ਰੂਮ ਬਣਿਆ ਪਿਆ ਹੈ, ਜੇਕਰ ਇੱਥੋਂ ਦੇ ਸੰਚਾਲਕਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਸਾਫ਼ ਤੌਰ 'ਤੇ ਕਹਿਣਾ ਕਿ ਉਹਨਾਂ ਦੀ ਜਿਹੜਾ ਸੰਸਕ੍ਰਿਤੀ ਮੰਦਿਰ ਆ ਉਸਦਾ ਕੰਮ ਚੱਲ ਰਿਹਾ ਔਰ ਉਸਦਾ ਕੰਮ ਹੋਣ ਤੋਂ ਬਾਅਦ ਇਹ ਸਮਾਨ ਉੱਥੇ ਸ਼ਿਫਟ ਕਰਤਾ ਜਾਏਗਾ ਔਰ ਇਸ ਜਗ੍ਹਾ ਦੀ ਵੀ ਜਿਹੜੀ ਆ ਉਹ ਦੁਬਾਰਾ ਰੈਨੋਵੇਸ਼ਨ ਕਰਕੇ ਮੁੜ ਨਵੇਂ ਸਿਰੇ ਤੋਂ ਲਾਇਬ੍ਰੇਰੀ ਅਤੇ ਡਿਸਪੈਂਸਰੀ ਜਿਹੜੀ ਇੱਥੇ ਚਲਾਈ ਜਾਏਗੀ। ਸੁਖਜਿੰਦਰ ਕੁਮਾਰ, ਨਿਊਜ਼ 18 ਪੰਜਾਬ, ਪਠਾਨਕੋਟ।